ਕਾਰਜੋਗ ਮਾਪਿਓ ਤੇ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਦੇਸ਼ ਦੇ ਸੰਕਟ ਦੀ ਘੜੀ ਦੇ ਵਿੱਚ ਅਸੀਂ ਘਰ ਤੋਂ ਹੀ ਪੜ੍ਹਾਈ ਕਰਨੀ ਹੈ ਅਤੇ ਆਪਣੇ ਬੱਚਾਂ ਦਾ ਖਿਆਲ ਰੱਖਣਾ ਹੈ ਇਹ ਬੱਚੇ ਸਾਡੇ ਹਨ ਤੁਹਾਡੇ ਨਹੀਂ ਇਹ ਤੁਹਾਡੇ ਕੋਲ ਸਿਰਫ ਸਭਾਲਣ ਲਈ ਛੱਡੇ ਹੋਏ ਹਨ ਇਸ ਲਈ ਕਿਰਪਾ ਕਰਕੇ ਨਾ ਧਿਆਨ ਰੱਖਣਾ ਅਤੇ ਇਹਨਾਂ ਨੂੰ ਬਿਮਾਰ ਹੋਣ ਤੋਂ ਬਚਾਉਣਾ ਅੱਜ ਆਪਾਂ ਪਿਆਰੇ ਬੱਚਿਓ ਸਿੱਧੀ ਗਿਣਤੀ ਅਤੇ ਪੁੱਠੀ ਗਿਣਤੀ ਲਿਖ ਕੇ ਦੇਖਾਂਗੇ ਗਣਿਤ ਦੀ ਦੁਨੀਆ ਦੇ ਵਿੱਚ ਅਸੀਂ ਕਿਸੇ ਸੰਖਿਆ ਦਾ ਵਿਸਤ੍ਰਿਤ ਰੂਪ ਲਿਖਣਾ ਸਿੱਖਾਂਗੇ ਤੇ ਸੰਖਿਆ ਬਣਾਉਣੀ ਸਿੱਖਾਂਗੇ ਆਓ ਸ਼ੁਰੂ ਕਰਦੇ ਹਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਇੱਥੇ ਮਟਰ ਦੀ ਫਲੀ ਬਣਾਈ ਹੋਈ ਹੈ 75 ਲਿਖਿਆ ਹੋਇਆ ਹੈ ਸਿੱਧੀ ਗਿਣਤੀ ਲਿਖਣੀ ਹੈ 75 ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਅਗਲੀ ਸੰਖਿਆ ਕੀ ਆਵੇਗੀ ਅਸੀਂ ਜਾਣਦੇ ਹਾਂ ਕਿ 75 ਤੋਂ ਬਾਅਦ 76 ਆਉਂਦਾ ਹੈ 70 6 76 ਤਾਂ ਤੁਸੀਂ ਅਗਲੀ ਸੰਖਿਆ ਅਗਲੇ ਧਾਣੇ ਵਿੱਚ ਲਿਖ ਦੇਣੀ ਹੈ ਉਸ ਤੋਂ ਅਗਲੀ ਸੰਖਿਆ ਉਸ ਤੋਂ ਅਗਲੇ ਜਾਣੇ ਚਾਹੀਦੇ ਨਹੀਂ ਹੈ 76 ਤੋਂ ਬਾਅਦ ਅਸੀਂ ਜਾਣਦੇ ਹਾਂ ਕਿ 77 ਆਵੇਗਾ ਫਿਰ 78 ਆਵੇਗਾ 77 ਅਤੇ ਉਸ ਤੋਂ ਬਾਅਦ 78 ਆਵੇਗਾ ਇਸ ਤਰੀਕੇ ਨਾਲ ਬਾਰੇ ਬੱਚਿਓ ਤੁਸੀਂ ਇਸ ਮਟਰ ਦੀ ਫਲੀ ਦੇ ਉੱਪਰ ਲਿਖਦੇ ਜਾਣਾ ਹੈ ਅਤੇ 79 80 81 82 ਤਰ੍ਹਾਂ ਸਾਰੀ ਸੰਖਿਆ ਹੈਗੀ ਅਗਲੇ ਮਟਰ ਦੇ ਵਿੱਚ ਅਸੀਂ ਦੇਖਿਆ ਹੈ ਕਿ ਅਸੀਂ ਸਿੱਧੀ ਗਿਣਤੀ ਲਿਖਣੀ ਹੈ ਕਿ 80 ਤੋਂ ਬਾਅਦ ਦੀ ਲਿਖਣੀ ਹੈ ਹਨ ਤੇ ਉਸ ਤੋਂ ਅਗਲੇ ਚ 99 ਤੋਂ ਬਾਅਦ ਦੀਆਂ ਸੰਖਿਆਵਾਂ ਲਿਖਣੀਆਂ ਹਨ ਉਸ ਤੋਂ ਅਗਲੇ ਮਟਰ ਦੇ ਵਿੱਚ ਦੇਖਦੇ ਹਾਂ ਕਿ ਪੁੱਠੀ ਗਿਣਤੀ ਲਿਖਣੀ ਹੈ ਤਾਂ ਪੁੱਠੀ ਗਿਣਤੀ 95 ਤੱਕ ਜਾਣਾ ਹੈ ਤਾਂ 95 ਤੋਂ ਵਾਪਸ ਆਵਾਂਗੇ ਅਸੀਂ 95 ਤੋਂ ਵਾਪਸ ਆਉਂਦੇ ਹੋਏ ਅਸੀਂ ਲਿਖਾਂਗੇ ਪੁੱਠਾ 90 4 94 ਤਾਂ ਅਸੀਂ 94 ਲਿਖ ਦੇਵਾਂਗੇ ਫਿਰ 90 3 93 ਆਉਂਦਾ ਉਸ ਤੋਂ ਪਹਿਲਾਂ ਤਰਾਣਾਂ ਵਿੱਚ ਦੇਵਾਂਗੇ ਫਿਰ 92 ਹੁੰਦਾ ਹੈ ਇਸ ਤਰੀਕੇ ਨਾਲ ਸੀ 92 ਲਿਆਂਗੇ ਇਸ ਤਰੀਕੇ ਨਾਲ ਬੱਚਿਓ ਤੁਸੀਂ ਇਸ ਮਟਰ ਦਾਣੇ ਨੂੰ ਵੀ ਫਿਲ ਕਰਨਾ ਹੈ ਅਤੇ ਬਾਕੀ ਦੇ ਤਿੰਨ ਮਟਰਾਂ ਨੂੰ ਵੀ 36 ਤੋਂ 80 ਘੰਢੀਰੂ ਕਰਨੀ ਹੈ ਜਾਂ 77 ਤੋਂ ਉਹਨਾਂ ਨੂੰ ਤੁਸੀਂ ਫਿਲ ਕਰਦੇ ਜਾਣਾ ਹੈ ਹੁਣ ਅਸੀਂ ਦੇਖਦੇ ਹਾਂ ਸੰਖਿਆ ਨੂੰ ਵਿਸਤ੍ਰਿਤ ਰੂਪ ਵਿੱਚ ਕਿਵੇਂ ਲਿਖਦੇ ਹਨ ਅਸੀਂ ਦਹਾਈ ਨੂੰ ਦਹਾਈ ਦੇ ਰੂਪ ਵਿੱਚ ਲਿਖ ਕੇ ਅਤੇ ਇਕਾਈ ਨੂੰ ਇਕਾਈ ਦੇ ਰੂਪ ਵਿੱਚ ਲਿਖਦੇਵਾਂਗੇ ਜਿਵੇਂ ਇੱਥੇ ਪਹਿਲੀ ਸੰਖਿਆ 90 ਤੋਂ 99 ਹੈ ਅਸੀਂ ਜਾਣਦੇ ਹਾਂ ਸੰਖਿਆ ਕਿਵੇਂ ਬਣੀ ਹੈ ਵੀ ਜੋ ਨਾਇਆ ਹੈ ਉਹ 90 ਦਾ ਹੈ ਇਸ ਕਰਕੇ ਤਿੰਨ ਦੇ ਅਸੀਂ ਜ਼ੀਰੋ ਲਾਵਾਂਗੇ ਤਾਂ 90 ਬਣ ਗਿਆ ਹੈ ਅਤੇ ਇਸ ਵਿੱਚ ਤਿੰਨ ਜੋੜਨ ਨਾਲ ਇਹ ਪੂਰਾ 93 ਬਣ ਜਾਵੇਗਾ ਐਵੇਂ 99 ਵਿੱਚ 8 80 ਦਾ ਹੈ ਜਦੋਂ ਸੀਏ ਕਦੋਂ ਪੜ੍ਹਦੇ ਹੁੰਦੇ ਸੀਗੇ ਤਾਂ ਅਸੀਂ 8 88 ਦਾ ਬੋਲਦੇ ਸੀ ਅਤੇ ਨਾਇਆ 9 ਦਾ ਬੋਲਦੇ ਸੀ ਤਾਂ 80 99 ਬਣ ਗਿਆ ਹੈ ਐਵੇਂ 76 ਨੂੰ ਅਸੀਂ 7a 70 ਦਾ ਤੇ 70 6 76 ਬੋਲਦੇ ਹਾਂ ਤਾਂ ਬਸਤੂ ਰੂਪ ਇਹਦਾ 70 ਸੇ 76 ਹੈ ਇਸ ਤਰ੍ਹਾਂ ਪੈਰੇ ਵਿੱਚ ਤੁਸੀਂ ਇਹ ਖਾਲੀ ਥਾਵਾਂ ਭਰਨੀਆਂ ਹਨ ਤੇ ਬਸਤੂ ਰੂਪ ਲਿਖਣਾ ਹੈ ਹੁਣ ਸਾਨੂੰ ਬਸਤੂ ਰੂਪ ਦਿੱਤਾ ਹੋਇਆ ਹੈ ਅਸੀਂ ਸੰਖਿਆ ਬਣਾਉਣੀ ਹੈ ਆਓ ਇਹ ਦੇਖਦੇ ਹਾਂ ਕਿ ਕਿਵੇਂ ਬਣਦੀ ਹੈ 90 94 ਹੁੰਦਾ ਹੈ ਅਸੀਂ 90 ਦਾ 9 ਲਿਖ ਲੈਣਾ ਹੈ ਅਤੇ 4 ਦਾ ਚੌਂਕਾ ਪਾ ਦੇਣਾ ਹੈ ਇਸ ਤਿੱਕਰ ਅਸੀਂ ਸੰਖਿਆ 94 ਬਣਾ ਲਵਾਂਗੇ ਇਸ ਤਰ੍ਹਾਂ ਬਾਕੀ ਦੀਆਂ ਸੰਖਿਆਾਂ ਵੀ ਤੁਸੀਂ ਭਰਨੀਆਂ ਹਨ ਅਤੇ ਮੈਨੂੰ ਇਸ ਦੇ ਫੋਟੋਗ੍ਰਾਫ ਭੇਜ ਦਿਨੇ ਹਨ ਅੱਗੇ ਸਾਡੇ ਕੋਲੇ ਪਤੰਗ ਦੀ ਸ਼ਕਲ ਛਾਪੀ ਹੋਈ ਹੈ ਇਹਨਾਂ ਸੰਖਿਆਵਾਂ ਨੂੰ ਅਸੀਂ ਦੇਖ ਕੇ ਪਤੰਗ ਤੋਂ ਦੇਖ ਕੇ ਅਸੀਂ ਵਾਧੇ ਕਰਮ ਵਿੱਚ ਲਿਖਣਾ ਹੈ ਜਿਵੇਂ ਅਸੀਂ ਦੇਖਾਂਗੇ ਕਿ ਸਭ ਤੋਂ ਛੋਟੀ ਸੰਖਿਆ ਲੱਭਣੀ ਹੈ ਸਭ ਤੋਂ ਛੋਟੀ ਸੰਖਿਆ 99 ਸਭ ਤੋਂ ਵੱਡੀ ਹੈ 93 ਉਸ ਤੋਂ ਛੋਟੀ ਹੈ ਕਿਉਂਕਿ ਇਹਨਾਂ ਦੇ ਨ ਵਿੱਚ ਇਕਾਈ ਦੇ ਸਥਾਨ ਤੇ 93 ਦੇ ਇਕਾਈ ਦੇ ਸਥਾਨੋਂ ਵੱਡਾ ਅੰਕ 9 ਹੈ ਇਸੇ ਤਰ੍ਹਾਂ ਹੀ 80 ਤੇ 86 ਦੇ ਵਿੱਚੋਂ 80 ਵੱਡੀ ਹੈ 86 ਵੱਡੀ ਹੈ 80 ਛੋਟੀ ਹੈ ਅਤੇ ਸਭ ਤੋਂ ਛੋਟੀ ਜੋ ਹੈ 79 ਹੈ ਅਸੀਂ ਵਾਧੇ ਕਰਮੇ ਲਿਖਣੀ ਸਭ ਤੋਂ ਛੋਟੀ ਸੰਖਿਆ ਪਹਿਲਾਂ ਲਿਖਾਂਗੇ ਤਾਂ ਅਸੀਂ ਜਾਣਗੇ ਹਾਂ ਸਭ ਤੋਂ ਛੋਟੀ ਸੰਖਿਆ 79 ਹੈ 79 ਕਿਉਂਕਿ ਇਕਾਈ ਦਾ ਅੰਕ ਸਭ ਤੋਂ ਛੋਟਾ ਹੈ ਇਸ ਕਰਕੇ ਅਸੀਂ ਇੱਥੇ 79 ਸਭ ਤੋਂ ਪਹਿਲੇ ਨੰਬਰ ਤੇ ਲਿਖਾਂਗੇ ਦੂਸਰੇ ਨੰਬਰ ਤੇ ਉਸ ਤੋਂ ਵੱਡੀ ਸੰਖਿਆ ਅਸੀਂ 80 ਲਿਖ ਦੇਵਾਂਗੇ ਕਿਉਂਕਿ ਅਸੀਂ ਉਸ ਤੋਂ ਵੱਡੀ ਹੈ ਦਹਾੜਾ ਅੰਕ ਵੱਡਾ ਆ ਗਿਆ ਹੈ ਉਸ ਤੋਂ ਵੱਡੀ ਸੰਖਿਆ 86 ਹੈ ਕਿਉਂਕਿ ਉਸਦੇ ਇਕਾਈ ਦਾ ਅੰਕ ਵੀ 80 ਨਾਲੋਂ ਵੱਡਾ ਹੈ ਇਸੇ ਤਰੀਕੇ ਨਾਲ ਹੀ ਅਸੀਂ ਉਸ ਤੋਂ ਵੱਡੀ ਸੰਖਿਆ ਦਾਇ ਦਾ ਅੰਕ ਜੋ 9 8 ਤੋਂ ਵੱਡਾ ਹੈ 93 ਲਿਖ ਦੇਵਾਂਗੇ ਸਭ ਤੋਂ ਵੱਡੀ ਸੰਖਿਆ 99 ਹੈ ਇਹਨਾਂ ਸੰਖਿਆਵਾਂ ਵਿੱਚੋਂ ਕਿਉਂਕਿ ਉਸ ਦਾ ਇਕਾਈ ਦਾ ਅੰਕ ਵੀ 93 ਦੇ ਇਕਾਈ ਦਾ ਅੰਕ ਨਾਲੋਂ ਵੱਡਾ ਹੈ ਜੋ ਕਿ 9 ਹੈ ਇਸ ਤਰੀਕੇ ਨਾਲ ਬੱਚਿਓ ਇਹ ਸੰਖਿਆ ਜੋ ਹਨ ਇਹ ਚੜ੍ਹਦੇ ਕਾਰਨ ਵਿੱਚ ਹੋ ਗਈਆਂ ਹਨ ਇਸੇ ਤਰ੍ਹਾਂ ਹੀ ਦੂਸਰੇ ਪਤੰਗ ਵਿੱਚ ਵੀ ਇਸ ਤਰੀਕੇ ਨਾਲ ਹੀ ਚੜ੍ਹਦੇ ਕਾਰਨ ਸੰਖਿਆਵਾਂ ਲਿਖਣਾ ਹੈ ਅਤੇ ਪੇਜ ਦੀ ਫੋਟੋਰਾ ਮੈਨੂੰ ਭੇਜ ਦੇਣੀ ਹੈ ਅੱਗੇ ਅਸੀਂ ਸ਼ਬਦਾਂ ਨੂੰ ਅੰਕਾਂ ਵਿੱਚ ਲਿਖਣਾ ਹੈ ਜਿਵੇਂ ਕਿ ਕੱਪ ਦੇ ਵਿੱਚ ਬਣਾ ਕੇ ਲਿਖਿਆ ਹੋਇਆ ਹੈ 93 93 ਨੂੰ ਉਸੇ ਕੱਪ ਦੇ ਵਿੱਚ ਲਿਖ ਦੇਣਾ ਹੈ ਤਾਂ 90 ਤੇ 93 ਹੁੰਦੇ ਹਨ ਨਾ 90 ਦਾ 90 ਤੇ 93 99 ਲਿਖਨੇ ਹਨ ਊਣਾ 90 ਊਣਾ 90 ਊਣਾ 90 ਤੋਂ ਮਤਲਬ ਕੀ ਊਣਾ 90 ਤੋਂ ਊਣਾ ਨੱਬੇ ਤੋਂ 188 ਯਾਨੀ ਕਿ 89 99 ਹੁੰਦੇ ਹਨ ਇਸ ਨੂੰ ਪਹਿਲੇ ਖਾ ਨਹੀਂ ਖਾਣਾ ਹੈ ਕਿਉਂਕਿ ਕਈ ਬੱਚੇ ਨੌ ਦੇ ਪਰਿਵਾਰ ਵਾਲੇ ਜੋ ਹਨ ਅੰਕ ਖਾਣ ਤੋਂ ਪਹਿਲੇ ਖਾ ਖਾ ਜਾਂਦੇ ਹਨ ਤਾਂ ਜਿਵੇਂ 74 ਹੈ 99 ਹੈ ਇਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਜਾਣਾ ਹੈ ਤਾਂ ਕਿ ਅਸੀਂ ਸਾਰੇ ਕੱਪ ਭਰ ਦਈਏ ਅੱਗੇ ਸ ਦੇਖਦੇ ਹਾਂ ਕਿ ਅਸੀਂ ਚੱਕਰ ਲਾਉਣਾ ਹੈ ਸਭ ਤੋਂ ਵੱਡੀ ਸੰਖਿਆ ਤੇ ਇਹ ਤੁਹਾਨੂੰ ਦੋ ਧਾਰਨਾ ਕਰਕੇ ਦਿਖਾਉਣਾ ਹਾਂ ਜਿਵੇਂ ਕਿ ਇਸ ਦੇ ਵਿੱਚ 9 ਸਵਾਲ ਹਨ 9 ਦੇ ਵਿੱਚੋਂ ਤੁਸੀਂ 9 ਦੇ 9 ਕਰਨੇ ਹਨ ਅਤੇ ਵੱਡੀ ਸੰਖਿਆ 'ਤੇ ਚੱਕਰ ਲਗਾ ਦੇਣਾ ਹੈ ਜਿਵੇਂ ਪਹਿਲਾਂ ਵੀ ਅਸੀਂ ਕਰ ਚੁੱਕੇ ਹਾਂ ਇਹ ਸਿਰਫ ਸਾਡੇ ਅਭਿਆਸ ਹਨ ਅਤੇ ਇਹਨਾਂ ਵਿੱਚੋਂ ਹੀ ਪੇਪਰ ਵਿੱਚ ਸਵਾਲ ਆਉਣੇ ਹਨ ਸਭ ਤੋਂ ਵੱਡੀ ਸੰਖਿਆ ਨੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦਹਾਈ ਦਾ ਅੰਕ 900 ਤੋਂ ਵੱਡਾ ਹੈ 7 ਨਾਲੋਂ ਵੀ ਤੇ 8 ਨਾਲੋਂ ਵੀ ਇਸ ਕਰਕੇ ਵੱਡੀ ਸੰਖਿਆ 98 ਹੋ ਗਈ ਹੈ ਤਾਂ ਅਸੀਂ 98 ਨੂੰ ਲਿਖਦੇ ਹਾਂ ਇਸ ਤੇ ਅਸੀਂ ਗੋਲਾ ਲਗਾ ਦੇਵਾਂਗੇ ਇਸ ਤਰੀਕੇ ਨਾਲ ਹੀ ਇਹਨਾਂ ਦੇ ਵਿੱਚ 90 97 63 ਦੇ ਵਿੱਚੋਂ ਸਭ ਤੋਂ ਵੱਡੀ ਸੰਖਿਆ 9 ਵਾਲੀ ਹੈ ਜਿਸ ਦੇ ਕਾਈ ਦਾ ਅੰਕ ਵੀ ਵੱਡਾ ਹੈ ਅਗਲੀ ਸੰਖਿਆ ਦੇ 100 ਤੋਂ ਨੰਕੀ ਸੰਖਿਆ ਹੋਗੀ ਇਸ ਕਰਕੇ ਦੋ ਅੰਕਾਂ ਸੰਖਿਆ 100 ਨਾਲੋਂ ਵੱਡੀ ਹੈ ਇਸਦੇ ਵਿੱਚ ਅਸੀਂ ਗੋਲਾ ਲਗਾ ਦਿਆਂਗੇ ਇਸ ਤਰੀਕੇ ਨਾਲ ਹੀ ਅਸੀਂ ਫੁੱਲ ਦੇ ਵਿੱਚ ਵੀ ਸਭ ਤੋਂ ਵੱਡੀ ਸੰਖਿਆ ਨੂੰ ਜੋ ਫੁੱਲ ਦੇ ਵਿੱਚਕਾਰ ਲਿਖਣਾ ਹੈ ਜਿਵੇਂ ਕਿ 97 ਹੈ 83 ਹੈ 74 ਹੈ 79 ਹੈ 74 ਤੇ 79 ਵਿੱਚੋਂ 79 ਵੱਡਾ ਹੈ ਉਸ ਤੋਂ ਵੱਡਾ 83 ਹੈ ਸਭ ਤੋਂ ਵੱਡਾ 97 ਹੈ 97 ਨੂੰ ਅਸੀਂ ਫੁੱਲ ਦੇ ਵਿਸਕਾਰ ਲਿਖ ਦੇਵਾਂਗੇ ਇਹ ਪਹਿਲਾਂ ਵੀ ਅਸੀਂ ਅਭਿਆਸ ਕਰ ਚੁੱਕੇ ਹਾਂ ਜਿਹੜੇ ਬੱਚਿਆਂ ਨੇ ਕੀਤਾ ਹੋਣਾ ਉਹਨਾਂ ਨੂੰ ਯਾਦ ਹੋਏਗਾ ਕਿ ਅਸੀਂ ਫੁੱਲ ਦੇ ਵਿਸਕਾਰ ਸੰਖਿਆ ਵੱਡੀ ਲਿਖਦੇ ਹਾਂ ਇਸੇ ਤਰੀਕੇ ਨਾਲ ਬੱਚਿਓ ਸਾਰੇ ਫੁੱਲਾਂ ਦੀਆਂ ਸੰਖਿਆਵਾਂ ਲਿਖਦੇ ਜਾਣਾ ਹੈ ਇਹਨਾਂ ਸੰਖਿਆਵਾਂ ਨੂੰ ਅਸੀਂ ਘਟਦੇ ਕਰਮੇ ਲਿਖਣਾ ਹੈ ਜੋ ਛਤਰੀ ਵਿਛਾਪੀਆਂ ਹੋਈਆਂ ਹਨ ਤਾਂ ਘਟਦੇ ਕਰਮੇ ਲਿਖਣ ਲਈ ਸਭ ਤੋਂ ਵੱਡੀ ਸੰਖਿਆ ਨੂੰ ਅਸੀਂ ਸਭ ਤੋਂ ਅੱਗੇ ਲਿਖਾਂਗੇ ਜਿਵੇਂ 96 ਜੋ ਹੈ ਸਭ ਤੋਂ ਵੱਡੀ ਹੈ ਤਾਂ ਸਭ ਤੋਂ ਵੱਡੇ ਨੂੰ ਅਸੀਂ ਸਭ ਤੋਂ ਅੱਗੇ ਲਿਖ ਦੇਵਾਂਗੇ ਅਤੇ ਉਸ ਤੋਂ ਛੋਟੀ 84 ਹੈ ਤਰਕ ਨੂੰ ਸਤੋ ਪਿਛਲੇ ਲਿਖ ਦੇਵਾਂਗੇ ਉਹ ਸਭ ਤੋਂ ਛੋਟੀ ਜੋ ਹੈ ਸੰਖਿਆ ਉਹ 75 ਹੈ ਉਹ ਸਭ ਤੋਂ ਪਿੱਛੇ ਆ ਜਾਏਗੀ ਇਸ ਤਰੀਕੇ ਨਾਲ ਬੱਚਿਓ ਤੁਸੀਂ ਛਤਰਿਆਂ ਦੇ ਸੰਖਿਆਵਾਂ ਵੀ ਪੂਰਿਆ ਮੈਨੂੰ ਲਿਖ ਕੇ ਭੇਜਣੀਆਂ ਹਨ ਹੁਣ ਅਸੀਂ ਦੇਖਦੇ ਹਾਂ ਕਿ 14ਵਾਂ ਸਵਾਲ ਦੇ ਵਿੱਚ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਣਾ ਹੈ ਜਿਵੇਂ ਪਹਿਲੀ ਸੰਖਿਆ 99 ਹੈ ਮੈਨੂੰ ਸ਼ਬਦਾਂ ਵਿੱਚ ਲਿਖਣਾ ਹੈ ਤਾਂ ਤੁਸੀਂ ਸ਼ਬਦਾਂ ਚ 1 2 3 ਲਿਖਣਾ ਸਿੱਖੋਗੇ ਤਾਂ ਤੁਸੀਂ ਲਿਖ ਸਕਦੇ ਹੋ ਜਿਵੇਂ 99 ਲਿਖਣਾ ਹੈ ੂੜੇ ਔਂਕੜ ਨੰਨੇ ਕੰਨਾ ਨੰਨਾ ਵਾਵੇ ਲਾ ਮਾਵੇਂ 99 ਉੱਤੇ ਬਿੰਦੀ ਇਸ ਤਰੀਕੇ ਨਾਲ ਬੱਚਿਓ ਤੁਸੀਂ ਇਹ ਸੰਖਿਆਵਾਂ ਸ਼ਬਦਾਂ ਵਿੱਚ ਲਿਖਣੀਆਂ ਹਨ 99 93 79 77 83 99 ਤਾਂ ਪਿਆਰੇ ਬੱਚਿਓ ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਸੰਖਿਆਵਾਂ ਦਾ ਜੋ ਅਸੀਂ ਪਾਠ ਦੇ ਵਿੱਚ ਪਹਿਰੇ ਸਿੱਖਿਆ ਹੈ ਉਸ ਨੂੰ ਅਸੀਂ ਦੁਹਰਾ ਰਹੇ ਹਾਂ ਇਸ ਕਰਕੇ ਤੁਸੀਂ ਜੋ ਵੀ ਤੁਹਾਨੂੰ ਪਤਾ ਨਾ ਚੱਲੇ ਮੈਨੂੰ ਤੁਸੀਂ ਪੁੱਛ ਲੈਣਾ ਹੈ ਇੱਥੇ ਚੱਕਰ ਵਾਲੇ 8 ਦਾ ਸਥਾਨਕ ਮੁੱਲ ਕਿੰਨਾ ਹੋਏਗਾ ਅਸੀਂ ਜਾਣਦੇ ਹਾਂ ਇਸ ਦਾ ਸਥਾਨਕ ਮੁੱਲ ਸਥਾਨ ਦੇ ਅਨੁਸਾਰ ਇਕਾਈ ਤੇ ਹੈ ਇਸ ਕਰਕੇ ਇਹ 8 ਹੈ 54 ਵਾਲੇ ਪੰਜਵਾਂ ਸਥਾਨਕ ਮੁੱਲ ਅਸੀਂ ਜਾਣਦੇ ਆਈ ਦੱਸਾਂ ਤੇ ਹੁਣ ਕਰਕੇ ਪੰਜ ਦਹਾਈਆਂ ਹੈ ਤਾਂ ਇਹ ਇਸ ਦੇ ਪਿੱਛੇ ਜੋ ਪਿਛਲਾ ਅੰਕ ਹੁਣ ਜ਼ੀਰੋ ਕਰ ਦੇਣਾ ਹੈ 50 ਹੈ 6 ਵਾਲੇ ਛੇ ਦਾ ਸਥਾਨਕ ਮੁੱਲ 6 ਦਹਾਈ ਦੇ ਹੁਣ ਕਰਕੇ 60 ਹੈ 77 ਦੇ ਵਿੱਚ ਸੱਤ ਸਥਾਨਕ ਮੁੱਲ ਪਿਛਲੇ ਦਾ ਅਸੀਂ ਜਾਣਨੇ ਹਾਂ ਕਿਉਂਕਿ ਤੇ ਪਿੱਛੇ ਕੋਈ ਸੰਖਿਆ ਨਹੀਂ ਹੈ ਸੱਤ ਹੈ ਇਕਾਈ ਹੈ ਅਸੀਂ ਦਾਦਾ ਤੇ ਛਾਲ ਮਾਰਦੇ ਸੀਗੇ ਵਦਣਾ ਹੈ ਜਿਵੇਂ 4 14 24 ਅਸ ਤੋਂ ਅਗੇ 10 ਹੋਰ ਵੱਡਾ ਵੀ ਪਹਿਲਾ ਅੰਕ ਕਿ ਵੱਡਾ ਹੋ ਜਾਏਗਾ ਦਹਾੜੇ ਦਾ ਅੰਕ ਇੱਕ ਦਹਾੜੀ ਵੱਜ ਜਾਏਗੀ ਇੱਥੇ 34 ਆਏਗਾ ਉਸ ਤੋਂ ਬਾਅਦ ਇੱਕ ਦਹਾੜੀ ਹੋਰ ਵੱਜ ਜਾਏਗੀ ਤਾਂ ਇਹ 44 ਬਣ ਜਾਏਗਾ ਕਿਉਂਕਿ ਅਸੀਂ ਮੂਰਲੇ ਅੰਕ ਨੂੰ ਦਹਾੜੇ ਨੂੰ ਵਧਾਉਂਦੇ ਜਾਣਾ ਹੈ ਦਸ ਦੀ ਛਾਲ ਮਾਰਨੀ ਹੈ ਜਿਵੇਂ 7 17 ਇੱਥੇ ਮੂਰਲੰਕ ਵੱਜ ਜਾਏਗਾ 27 ਹੋ ਜਾਏਗਾ ਇਸ ਤ੍ਰਿਕਨ ਪਿਆਰੇ ਬੱਚੋ ਅਸੀਂ ਪਿਛਲੀ ਦੁਹਰਾਈ ਕਰ ਰਹੇ ਹਾਂ ਤਾਂ ਇੱਥੇ ਪੰਜ ਪੰਜ ਦੀ ਛਾਲ ਮਾਰਨੀ ਹੈ 3 ਤੇ 5 8 8 ਤੇ 5 13 13 ਤੇ 5 18 ਇਸ ਤਰ੍ਹਾਂ ਮਦਲ ਹੋਈ ਹੋਇਆ ਇੱਕ ਵਾਰੀ 8 ਆਏਗਾ ਪਿਛਲਾ ਅੰਕ ਇੱਕ ਵਾਰੀ 3 ਆਏਗਾ ਤੇ ਮੂਰਲਾਂਕ ਕੇ ਵੱਧ ਆ ਜਾਏਗਾ ਦੋ ਵਾਰੀ ਤੋਂ ਬਾਅਦ ਜਿਵੇਂ ਇੱਥੇ 18 ਆਇਆ ਹੈ ਉਸ ਤੋਂ ਬਾਅਦ ਇਹ 23 ਆਏਗਾ ਫਿਰ 28 ਆਏਗਾ 6 ਦੇ ਵਿੱਚ ਵੀ ਇਸ ਤਰ੍ਹਾਂ ਹੋਏਗਾ 6 ਤੇ 5 11 ਹੋਏਗਾ 11 ਤੇ 5 16 ਇੱਕ ਵਾਰੀ 6 ਆਏਗਾ ਇੱਕ ਵਾਰੀ ਪਿਛਲਾ ਅੰਕ 1 ਆਉਂਦਾ ਜਾਵੇਗਾ ਇਸ ਤਰੀਕੇ ਨਾਲ ਪਿਆਰੇ ਬੱਚੋ ਤੁਸੀ ਇਸ ਨੂੰ ਵੀ ਸ਼ੀਟ ਨੂੰ ਭਰਨਾ ਹੈ ਇਹਨਾਂ ਨਾਲ ਅਸੀਂ ਦੋ ਅੰਕੀ ਸੰਖਿਆਵਾਂ ਬਣਾਉਣੀਆਂ ਹਨ ਜਿਵੇਂ ਅਸੀਂ ਕੱਲੇ ਸਿੱਖੀਆਂ ਸਨ ਕਿ ਦੋ ਅੰਕ ਸੰਖਿਆਵਾਂ ਬਣਦੀਆਂ ਹਨ ਦੋ ਅੰਕ ਸੰਖਿਆਵਾਂ ਦੋ-ਦੋ ਬਣ ਸਕਦੀਆਂ ਹਨ ਜਿਵੇਂ ਅਸੀਂ ਦੇਖਦੇ ਹਾਂ ਕਿ 25 ਤੋਂ ਅ ਦੂਆ ਪਾਂਜਾ 25 ਵੀ ਬਣਾ ਸਕਦੇ ਹਾਂ ਅਤੇ ਇਸ ਤੋਂ ਅਸੀਂ ਪਾਂਜਾ ਦੂਆ 52 ਬਣਾ ਸਕਦੇ ਹਾਂ ਕਿਉਂਕਿ ਸੰਖਿਆਵਾਂ ਅੱਗੇ ਪਿੱਛੇ ਕਰਦੇ ਹੋਏ ਦਹਾਈ ਦੇ ਸਥਾਨ ਤੇ ਅਤੇ ਇਕਾਈ ਦੇ ਸਥਾਨ ਤੇ ਲਿਆਂਦੇ ਹੋਏ ਸੰਖਿਆਵਾਂ ਬਣਦੀਆਂ ਜਾਣਗੀਆਂ ਇਸ ਤਿਕਨ ਪੈਰੇ ਬੱਚੋ ਤੁਸੀਂ ਇਹ ਚੈਪਟਰ ਵੀ ਮਤਲਬ ਕਿ ਇਸ ਤਿਕਨ ਨਾਲ ਤੁਸੀਂ ਬਣਾ ਸਕਦੇ ਹੋ ਇਹ ਸੰਖਿਆਵਾਂ ਪੂਰੀਆਂ ਕਰ ਸਕਦੇ ਹੋ ਤਾਂ ਅੱਜ ਦੇ ਪਾਠ ਦੇ ਵਿੱਚ ਜੋ ਅਸੀਂ ਜਾਦੂ ਰਖਣ ਜੋ ਗੱਲਾਂ ਸਿੱਖਣੀਆਂ ਹਨ ਇੱਕ ਤਾਂ ਇਹ ਕਿ ਇੱਕ ਅੰਕ ਦੀ ਸਭ ਤੋਂ ਛੋਟੀ ਸੰਖਿਆ 1 ਹੁੰਦੀ ਹੈ ਅਤੇ ਇੱਕ ਅੰਕ ਦੀ ਸਭ ਤੋਂ ਵੱਡੀ ਸੰਖਿਆ 9 ਹੈ ਦੋ ਅੰਕ ਦੀ ਸਭ ਤੋਂ ਛੋਟੀ ਸੰਖਿਆ 10 ਹੈ ਅਤੇ ਦੋ ਅੰਕ ਦੀ ਸਭ ਤੋਂ ਵੱਡੀ ਸੰਖਿਆ 99 ਹੈ ਤੇ 100 ਤੱਕ ਅਸੀਂ ਗਿਣਤੀ ਲਿਖਣੀ ਸਿੱਖੇ ਹਾਂ ਅਤੇ ਇਸ ਤਰ੍ਹਾਂ ਅਸੀਂ ਲਿਖਣਾ ਪਹਿਚਾਣ ਸਿੱਧੀ ਪੁੱਠੀ ਗਿਣਤੀ ਅੰਕਾਂ ਦੇ ਸ਼ਬਦਾਂ ਵਿੱਚ ਲਿਖਣਾ ਵਿਚਕਾਰ ਬਿਲਕੁਲ ਪਹਿਲਾਂ ਬਿਲਕੁਲ ਬਾਅਦ ਕਾਇਦਾ ਹੈ ਦਾ ਗਿਆਨ ਤੋਲਣਾ ਸਭ ਤੋਂ ਵੱਡਾ ਛੋਟਾ ਵੱਧਦਾ ਤੇ ਘਟਦਾ ਕਰਮ ਸਥਾਨਕਮੁੱਲ ਤੇ ਬਸਤਰੂਪ ਸਿੱਖਿਆ ਹੈ ਤਾਂ ਪਿਆਰੇ ਬੱਚੋ ਅੱਜ ਆਪਣਾ ਪਹਿਲਾ ਪਾਠ ਇੱਥੇ ਸਮਾਪਤ ਹੁੰਦਾ ਹੈ ਕੱਲ ਤੁਸੀਂ ਜੋੜ ਘਟਾਓ ਦਾ ਦੂਸਰਾ ਪਾਠ ਕਰਾਂਗੇ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਦੇ ਫੋਟੋਗ੍ਰਾਫ ਭੇਜਦੇ ਰਹਿਣਾ ਹੈ ਅਤੇ ਜੋ ਕੁਝ ਇਸ ਵਿੱਚ ਤੁਹਾਨੂੰ ਨਹੀਂ ਆਇਆ ਉਹ ਮੈਨੂੰ ਫੋਨ ਤੇ ਪੁੱਛ ਲੈਣਾ ਹੈ ਤੁਹਾਡਾ ਸਭਨਾਂ ਦਾ ਧੰਨਵਾਦ